ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦੇ ਵਲੌਗ ਦਾ ਆਗਾਜ਼ ਕਰਨੇ ਦੋਸਤੋ ਰਿਆਜ਼ ਬਾਈ ਹੋਰਾਂ ਦੇ ਡੇਰੇ ਤੇ ਆਏ ਤੇ ਅਮੀਨ ਬਾਈ ਹੋਰ ਸਾਡੇ ਨਾਲ ਨੇ ਜੀ। ਅਸਲਾਮ ਅਲੈਕੁਮ ਸਾਰੇ ਬਾਈ ਨੂੰ ਮੇਰੀ ਤਰਫੋਂ। ਤੇ ਰਿਆਜ਼ ਬਾਈ ਕੋਲ ਨੂੰ ਵਾਹਵਾ ਦਿਨ ਹੋ ਗਿਆ ਤੇ ਦਿਲ ਬੜਾ ਉਧਰਿਆ ਖੜਾ ਸੀ ਤੇ ਅੱਜ ਰਿਆਜ਼ ਬਾਈ ਦੇ ਡੇਰੇ ਤੇ ਅਸੀਂ ਪਹੁੰਚ ਗਏ ਤੇ ਰਿਆਜ਼ ਬਾਈ ਖੜਾ ਜੇ ਸਾਹਮਣੇ ਆ ਜਾਓ ਤੇ ਬਾਈ ਨੂੰ ਮਿਲਣੇ ਤੇ ਇਹ ਬਾਈ ਰਿਆਜ਼ ਦਾ ਮਾਹੌਲ ਵੀ ਵਿਖਾਣੇ। ਖਾਣਾ ਰੱਖ ਤੇ ਬੈਠੇ ਅਮੀਨ ਬਾਈ ਹੋਰੀ ਚਲੋ ਆਂਦੇ ਪੈਣ ਤੋਂ ਆਪਾਂ ਰਲ ਕੇ ਖਾਣੇ ਆ। ਪਹਿਲੇ ਰੋਟੀ ਖਾਣੇ ਆ ਫਿਰ ਤੁਹਾਨੂੰ ਸ਼ੌਂਕ ਸ਼ਿਕਾਰ ਕਰਾਨੇ ਆ ਜੀ ਜੋ ਆਪਣਾ ਹੈ ਵਿਖਾਣੇ। ਹਾਂਜੀ ਕੋਲ ਸਾਦਾ ਖਾਣਾ ਰਿਆਜ਼ ਬਾਈ ਦੇ ਡੇਰੇ ਤੇ ਮਾਸ਼ਾਅੱਲਾ ਜੀ। ਇਹ ਵੇਖੋ ਜੀ ਨਾਲ ਗੰਡੇ ਤੇ ਲਾਲ ਟਮਾਟਰ ਤੇ ਮਿਰਚਾਂ ਤੇ ਨਾਲ ਹੀ ਲੱਸੀ ਮੇਰਾ ਭਾਈ ਤੇ ਦੇਸੀ ਮਾਹੌਲ ਨਾਲ ਤੰਦੂਰ ਦੀਆਂ ਗਰਮ ਗਰਮ ਰੋਟੀਆਂ ਨੇ। ਦੋਸਤੋ ਖਾਣਾ ਛਾਣਾ ਖਾ ਲਿਆ ਜੀ ਤੇ ਹੁਣ ਜਿਹੜਾ ਨਾ ਜਨਾਬ ਸ਼ੌਕ ਕਰਵਾਉਣੇ ਭਾਈ ਹੋਰਾਂ ਦੇ ਡੇਰੇ ਦਾ। ਕਾਫੀ ਟਾਈਮ ਹੋ ਗਿਆ ਆਏ ਨਹੀਂ ਸੀ। ਇਹ ਸੇਬ ਦਾ ਹੈ ਅਮੀਨ ਬਾਈ? ਸੇਬ ਨਹੀਂ ਲੱਗਿਆ? ਸੇਬ ਇਹਨੂੰ ਹਾਲੇ ਤੱਕ ਨਹੀਂ ਲੱਗਿਆ। ਇਹ ਕੁਛ 6-7 ਸਾਲ ਹੋਏ ਖੜੇ ਨੇ ਉਮਰ ਨੂੰ। ਅੱਛਾ 6-7 ਸਾਲ ਹੋ ਗਏ ਸੇਬ ਲੱਗੇ ਨਹੀਂ? ਸੇਬ ਅਜੇ ਨਹੀਂ ਲੱਗਿਆ ਜੀ। ਅੱਲਾ ਜਾਣੇ ਕੀ ਮਸਲਾ ਜੀ। ਪਾਣੀ ਸਾਫ ਰਹਿੰਦਾ ਜੀ। ਇਹ ਮੁਰਗੇ ਦਾ ਸ਼ੌਕ ਵੀ? ਹਾਂਜੀ ਮੁਰਗੇ ਵੀ ਫਿਰਦੇ ਨੇ। ਮਾਸ਼ਾਅੱਲਾ ਮੁਰਗਾ ਤਾਂ ਯਾਰ ਨਸਲੀ ਲੱਗਦਾ ਫਿਰ ਮੈਨੂੰ ਤਾਂ। ਬਾਗ ਜੀ ਬਾਰਿਸ਼ਾਂ ਨਾਲ ਥੋੜਾ ਜਿਹਾ ਡੈਮੇਜ ਹੋ ਗਿਆ। ਅਮਰੂਦ ਬੜਾ ਚੱਕੀ ਖਾਇਆ ਜੀ ਹੁਣ। ਐਤਕੀ ਅੰਬ ਨੇ ਕੁਝ ਫਲ ਲੈ ਤੇ ਕੁਝ ਸੱਟ ਦਿੱਤਾ ਤੇ ਕੁਝ ਵਿਰਲਾ ਬਣ ਜਾ ਪਕਾਈ ਥੋੜਾ ਜੀ। ਹਾਂ ਅੰਬ ਭਰਪੂਰ ਬੇਰ ਲਾਇਆ ਜੀ। ਇਹ ਨਿੰਬੂ ਹੈਗਾ ਮੌਸਮੀ ਕੁਛ ਆਈ ਖੜਾ ਫਲ ਇਹ ਅਮਰੂਦ ਇਹ ਵੀ ਫਲ ਚ ਆਈ ਖੜਾ ਸ਼ਕਰੀ ਬੋਲਦੇ ਨੇ। ਹਾਂ ਸ਼ਕਰੀ ਵੀ ਬੋਲਦੇ ਨੇ। ਮੌਸਮੀ ਵੀ ਮਿੱਠਾ ਇਹ ਫਰੂਟਰ ਹੈ ਜੀ। ਇਹਨਾਂ ਨੂੰ ਵੇਖੋ ਨਾ ਜੀ ਸਾਰੇ ਬਾਰਿਸ਼ਾਂ ਨਾਲ ਡੈਮੇਜ ਹੋ ਗਏ। 2 ਸਾਲ ਬਾਰਿਸ਼ਾਂ ਦਾ ਪਾਣੀ ਖੜਾ ਰਿਹਾ ਥੱਲੇ ਸਲਾਬ ਆ ਗਿਆ। ਹਾਂਜੀ ਅਗਲੇ ਪਾਸੇ ਅਮਰੂਦਾਂ ਦੇ ਬੂਟਿਆਂ ਦੀ ਫਿਰ ਕਟਾਈ ਸ਼ਟਾਈ ਕੀਤੀ ਹੁਣ ਦੁਬਾਰੇ ਫੋਟ ਰਹੇ ਨੇ। ਫੋਟ ਕਰਦੇ ਪੈਣ ਬੜੀ ਪਿਆਰੀ ਹੋ ਗਈ ਮਾਸ਼ਾਅੱਲਾ।
ਬੜਾ ਪਿਆਰਾ ਸੀਨ ਹੈ ਮਾਸ਼ਾਅੱਲਾ। ਹਾਂ ਇਹ ਅਮਰੂਦਾਂ ਦੀ ਕਟਾਈ ਕੀਤੀ ਉਹਨੇ ਵੀ ਫਲ ਜਾਣ ਦੇ ਪੈਣ। ਅੱਲਾ ਮਾਲਕ ਰੱਬ ਦੀ ਜ਼ਾਤ ਨੇ 9 ਵਜੇ ਪਾਣੀ ਬੰਨਣਾ ਯਾਰ ਫਰਾਜ਼ ਵੇਖੀ ਟਾਈਮ ਤੇ ਪਾਣੀ ਜੀ ਹੁਣ ਪਾਣੀ ਚੱਲਦੇ ਪਾ ਜੇ ਖੇਤਰਾਂ 'ਚ ਤੇ ਮੁੜ ਬਾ ਨਹੀਂ ਯਾਰ ਇਹ ਇਹ ਚੈੱਕ ਕਰ ਲਓ। ਹਾਂਜੀ ਜਲਦੀ ਕਰੋ ਜੀ ਆ ਪਾਣੀ ਖਾਲਿਆਂ ਦੇ ਆ ਕਈਆਂ ਦਾ ਤੇਰੇ 10 ਮਿੰਟ ਉੱਤੇ ਲਾਉਣਾ ਹੈ 9 ਤੋਂ ਆ ਜਾ ਬਸ ਕੀ ਬਾਤ ਹੈ ਦੋਸਤੋ ਦੇਖੋ ਜੀ ਪਾਣੀ ਲੱਗਦੇ ਫਿਰ ਆਉਣੀ ਹੁੰਦੀ ਹੈ ਪਹਿਨੇ ਕਿ ਦਾਈ ਤੋਂ ਹੀ ਲਾਉਣੇ ਨੇ ਮੇਰਾ ਭਾਈ ਦਾਈ ਦਾਈ ਜੀ ਮੁੰਜੀ ਮੁੰਜੀ ਬਰੀਕ ਭਾਈ ਭਾਈ ਹੁਣ ਪਾਣੀ ਵੱਢਣ ਲੱਗਿਆ ਜੀ। ਹਾਂਜੀ ਬਸ ਚੱਪੂ ਹੀ ਕਰਨਾ ਜੀ ਆਪਾਂ ਇਧਰਲੇ ਪਾਸੇ ਆਪਣੇ ਮਨੇ ਅੱਗੋਂ ਨਾਕੇ ਬਣਨੇ ਸ਼ੁਰੂ ਹੋਣ। ਮਾਸ਼ਾਅੱਲਾ ਜੀ ਮਾਸ਼ਾਅੱਲਾ ਕੀ ਬਾਤ ਹੈ ਇਹ ਦੇਖੋ ਜੀ ਬਸ ਆਪਣੇ ਮਨੇ ਗਿਆ ਜੀ ਖਾਲਿਆਂ ਚ ਨਿੱਕੇ ਹੁੰਦੇ ਨਾ ਦੇ ਸਾਂ ਉਹ ਬੇੜਾ ਯਾਦ ਆ ਜਾਏਗਾ ਆ ਜਾ ਵੀ ਆ ਕਈ ਲੈ ਆ ਟੋਕ ਬਸ ਮਾਸ਼ਾਅੱਲਾ ਜੁੱਤੀ ਲਾ ਦੇ ਤਬਰੋਂ ਚੰਗਾ ਉੱਚਾ ਕਰ ਦੇ ਟੋਕ ਹਾਂ ਰਿਆਜ ਭਾਈ ਦਾ ਬੇਟਾ ਆ ਗਿਆ ਟੋਕ ਬਣਨ ਵਾਸਤੇ। ਹਾਂਜੀ ਫਰਾਜ਼ ਰਿਆਜ ਭਾਈ ਨੇ ਤਾਂ ਦੱਕਣ ਦਿੱਤਾ ਜੇ ਕੱਢ ਅਸੀਂ ਉਹਨੂੰ ਦੱਕਣ ਹੀ ਬੋਲਨੇ ਪੰਜਾਬੀ ਚ। ਹਾਂਜੀ ਹਾਂਜੀ ਬੇਟਾ ਹੁਣ ਜਨਾ ਟੋਕ ਬੰਦਾ ਪਿਆ ਤੇ ਆਪਣੇ ਮਨੇ ਸ਼ੁਰੂ ਹੋ ਗਿਆ ਪਾਣੀ 9 ਵਜੇ ਤੇ 8 ਮਿੰਟਾਂ ਤੇ 10 ਮਿੰਟਾਂ ਤੇ ਜੀ ਬਾਰਡਰ ਦੇ ਨਾਲ ਆਖਰੀ ਨਹਿਰ ਸਾਡੀ ਇਹ। ਹਾਂਜੀ ਇਸ ਤਰ੍ਹਾਂ ਨਹਿਰ ਕੋਣੀ ਆ ਵਨ ਆਰ ਤੇ ਪਾਣੀ ਲੱਗਦਾ ਪਿਆ ਤੇ ਬਾਰਡਰ ਏਰੀਆ ਹੈ ਰਾਜ ਭਾਈ। ਹਾਂਜੀ ਬਾਰਡਰ ਏਰੀਆ ਜੀ ਤੇ ਮਾਗੇ ਵਾਲੀ ਪਿੰਡ ਹੈ ਮਾਗੇ ਵਾਲੀ। ਹਾਂਜੀ ਤੇ ਮਾਗੇ ਵਾਲੀ ਹਿੰਦੁਸਤਾਨ ਦੇ ਨਾਂ ਤੋਂ ਇੰਡੀਆ ਦੇ ਨਾਂ ਤੋਂ ਇਹ ਪਿੰਡ ਹੈ ਤੇ ਅੱਗੇ ਇੰਡੀਆ ਪਾਕਿਸਤਾਨ ਇਕੱਠਾ ਨਾ ਜੀ। ਹਾਂਜੀ ਹਾਂਜੀ ਹਾਂ ਇਹ ਮਾਗਾ ਸਿੰਘ ਆ ਕੋਈ ਜੀ ਇੰਡੀਆ ਦਾ ਠੀਕ ਤੇ ਉਹਦੇ ਨਾਂ ਤੇ ਇਹ ਮੌਜ਼ਾ ਹੈ ਸਾਡੇ ਕੋਲ ਚਾਨਣ ਵੀ ਬਹੁਤ ਹੁੰਦਾ ਲਾਈਟ ਦੀ ਸਾਨੂੰ ਟਾਰਚ ਦੀ ਲੋੜ ਨਹੀਂ ਹੁੰਦੀ ਪਾਣੀ ਵੀ ਲਾਈਏ ਰਾਤ ਨੂੰ ਟੁਰੀਏ ਤੇ ਸਾਨੂੰ ਦੂਰ ਦੂਰ ਤੱਕ ਸਹੀ ਨਹੀਂ ਗਿਆ ਜ਼ਬਰਦਸਤ ਸਭ ਨੂੰ ਅਸੀਂ ਜਿਹੜਾ ਪਹਿਲੇ ਸ਼ੌਕ ਕਰਵਾਉਣੇ ਨਾ ਤੁਹਾਨੂੰ ਉਹ ਕਰਵਾਉਂਦੇ ਹਾਂ ਜੀ ਬੱਕਰੀਆਂ ਦਾ ਤੇ ਭੇਡਾਂ ਦਾ ਤੇ ਇਹ ਜਿਹੜੀ ਚੀਜ਼ ਨਾ ਇਹ ਦੇਖਦੇ ਨਾ ਬੜਾ ਮਜ਼ਾ ਆਉਂਦਾ ਦੋਸਤੋ ਤੇ ਬਹੁਤ ਜ਼ਿਆਦਾ ਸਾਡੇ ਵੀਰ ਭਰਾ ਜਿਹੜੇ ਸ਼ੌਕ ਦੇ ਰਿਲੇਟਡ ਸਾਨੂੰ ਦੇਖਦੇ ਨੇ ਸ਼ੌਕ ਕਰਦੇ ਨੇ ਉਹਨਾਂ ਨੂੰ ਜਗ੍ਹਾ ਲਿੰਬੀ ਹੋਈ ਲਪਾਈ ਕੀਤੀ ਹੋਈ ਹੈ। ਹਾਂਜੀ ਲਪਾਈ ਕੀਤੀ ਹੋਈ ਫਿਰ ਝਾੜੂ ਮਾਰ ਤੇ ਬਿਲਕੁਲ ਸਾਫ਼ ਕਰ ਬੱਕਰੀਆਂ ਦੇ ਅੱਗੇ ਪੱਠੇ ਪਾ ਛੱਡੇ ਲੂਸਣ ਦੇ ਤੇ ਹੁਣ ਆਪੋ ਆ ਚਰੀ ਜਾਂਦੀ ਹੋ ਜੀ ਜਾਂਦੀ ਹੈ ਮਾਸ਼ਾਅੱਲਾ ਵੇਖੀ ਲੀਲਾ ਮਾਸ਼ਾਅੱਲਾ ਕੰਨ ਵੇਖ ਕੇ ਡਿਗੜ ਸੋਹਣੇ ਅੱਲਾ ਮਾਲਕ ਬਰਕਤ ਦੇਵੇ ਰੱਬ ਦੀ ਜ਼ਾਤ ਦੋਸਤੋ ਮਾਸ਼ਾਅੱਲਾ ਦਾ ਕਮੈਂਟ ਕਰਾਂ ਜੇ ਬੜੇ ਸੋਹਣੇ ਕੰਨ ਨੇ ਇਹ ਇਹ ਬੇੜ ਦੇ ਲੇੜੇ ਦੇ ਮਾਸ਼ਾਅੱਲਾ ਤੇ ਮੰਮਦ ਆਮਦ ਵੀ ਵੇਖਦੇ ਆਉਂਦੇ ਪਏ ਨੇ ਤੇ ਮੰਮਦ ਆਮਦ ਨੂੰ ਵੇਖ ਕੇ ਸਾਡਾ ਦਿਲ ਹੋਰ ਰਾਜੀ ਹੋ ਜਾਣਾ ਹੈ। ਅਸਲਾਮ ਅਲੈਕੁਮ ਬੜਾ ਜ਼ਬਰਦਸਤ ਕਰ ਰੱਖਿਆ ਜੀ ਬਿਲਕੁਲ ਇੱਟਾਂ ਬੜੀਆਂ ਸਟਵਾ ਲਈਆਂ ਨੇ ਖੈਰ ਤੇ
ਦੋਸਤੋ ਮੁਰਗੀਆਂ ਦਾ ਸ਼ੌਕ ਕਰੋ, ਇੱਧਰ ਛੋਟੇ ਵੱਡੇ ਬੱਚੇ ਨੇ, ਇੱਧਰ ਉਸ ਤੋਂ ਛੋਟੇ ਨੇ ਜੀ, ਤੇ ਕਬੂਤਰ ਮਾਸ਼ਾਅੱਲਾ ਬਾਹਰ ਨਿਕਲਦੇ ਬੈਠੇ ਨੇ ਜੀ, ਬੱਚੇ ਨੇ ਜੋ ਦੋਸਤ ਇੱਧਰ ਮਾਲ ਮਵੇਸ਼ੀ ਗਾਈਆਂ, ਤੇ ਗਾਈਆਂ ਦਾ ਵੀ ਚੁਮਣ ਦਾ ਟਾਈਮ ਹੋਇਆ ਖੜੋਤਾ ਮੈਨੂੰ, ਬਿਲਕੁਲ ਸਵਾਈ ਹੋ ਰਹੀ ਜਨਾਬ। ਮੁਰਗੀਆਂ ਤੇ ਮੁਰਗੇ ਚੈੱਕ ਕਰੋ ਜੀ, ਮਾਸ਼ਾਅੱਲਾ ਵੱਡਾ ਮੁਰਗਾ, ਸ਼ੌਕ ਚੈੱਕ ਕਰਾਉਣੇ ਦੋਸਤਾਂ ਨੂੰ, ਇਹ ਅਜਵਾਇਣ ਹੈ ਜੀ, ਅਜਵਾਇਣ ਯਾਰ, ਦਾਣੇ ਦਾਣੀ ਨੀ, ਅਜਵਾਇਣ ਅਜਵਾਇਣ ਬੜੀ ਪਿਆਰੀ ਖੁਸ਼ਬੂ ਆਈ ਜਾਂਦੀ, ਬੜੀ ਪਿਆਰੀ ਖੁਸ਼ਬੂ ਆਈ ਜਾਂਦੀ, ਬਿਲਕੁਲ ਇਹ ਆਉਂਦੇ ਨੇ ਇੱਕੀ ਮਰਜ਼ਾ ਕੱਟਦੀ, ਬਿਲਕੁਲ ਹਾਂਜੀ, ਇਹ ਬੜੀ ਚੰਗੀ ਚੀਜ਼ ਹੈ ਦੋਸਤੋ, ਲਾ ਛੱਡੇ ਨੇ ਪੌਦੇ, ਤੇ ਪੌਦੇ ਲੱਗੇ ਫਾਇਦੇ ਨਾਲ ਹੀ ਕੱਦੂ ਲੱਗੇ ਫਾਇਦੇ ਨਾਲ, ਤੂੰ ਤੇ ਲਾ ਛੱਡੇ ਦੇ ਨਾਲ ਸਬਜ਼ੀ ਵਾਲਿਆਂ ਨਾਲ ਲੈਣਾ ਹੀ ਆ ਨਾਲ ਹੀ, ਇਹ ਸੌਂਫ ਨੇ, ਇਹ ਅਜਵਾਇਣ, ਆਹ ਸੌਂਫਾਂ ਦਾ ਬੂਟਾ, ਕਈ ਦੋਸਤਾਂ ਨੂੰ ਸੌਂਫਾਂ ਦੇ ਬੂਟੇ ਦਾ ਨਹੀਂ ਪਤਾ, ਇਹ ਸੌਂਫਾਂ ਦਾ ਬੂਟਾ ਹੈ, ਉਹ ਤੰਬਾਕੂ ਆ ਗਿਆ, ਭਿੰਡੀ ਲਾ ਛੱਡੀ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਤੇ ਲਾਲ ਟਮਾਟਰਾਂ ਵਾਲੇ ਡਿੱਗ ਚੜੇ ਪੈਣੇ ਮੇਰੇ ਕੋਲ, ਲਾਲ ਟਮਾਟਰਾਂ ਦੇ ਬੂਟੇ ਤੇ ਲੱਗੇ ਪਏ ਜੇ ਗੁੱਛਿਆਂ ਦੇ ਗੁੱਛੇ ਦੋਸਤੋ, ਚੈੱਕ ਕਰ ਲਓ, ਤੇ ਨਾਲ ਹੀ ਪੁਦੀਨਾ ਖਾ ਜੇ, ਪੁਦੀਨੇ ਦੀ ਖੁਸ਼ਬੂ ਬੜੀ ਪਿਆਰੀ ਹੁੰਦੀ, ਅਸੀਂ ਪੁਦੀਨਾ ਵੀ ਆਖ ਲੈਂਦੇ ਪੰਜਾਬੀ 'ਚ ਨਾ, ਪੁਦੀਨਾ ਹਾਂਜੀ, ਸ਼ੌਕ ਤਾਂ ਮਮਦਾ ਮੰਦਾ ਬੜਾ ਸੋਹਣਾ, ਬੜਾ ਪਿਆਰਾ ਸ਼ੌਕ ਹੈ, ਤੇ ਆਹ ਫੁੱਲ ਜੇ ਇਹਨੂੰ ਸੂਰਜਮੁਖੀ ਆਖਦੇ ਨੇ, ਹੈ ਫੁੱਲਾਂ ਵਾਲੀ ਬੜੀ ਪਿਆਰੀ ਜੀ ਮਾਸ਼ਾਅੱਲਾ ਜੀ, ਅਸੀਂ ਸ਼ੌਕ ਕਰਾ ਦੇ ਬਾਈਆਂ ਨੂੰ, ਦਿਲ ਰਾਜ਼ੀ ਹੋ ਜਾਵੇਗਾ ਬਾਈਆਂ ਦਾ, ਹਾਂਜੀ ਹਰਿਆਲੀ ਹੈ ਦੋਸਤੋ, ਤੇ ਹਰਿਆਲੀ ਦੇਖ ਕੇ ਦਿਲ ਖੁਸ਼ ਹੋ ਜਾਂਦਾ ਜੀ, ਹਾਂ ਅੱਖਾਂ ਠੰਡੀ ਹੋ ਜਾਣਗੀਆਂ, ਇਹ ਵੇਖ ਕਿਤਨਾ ਪਿਆਰਾ ਮਾਹੌਲ ਬਣਿਆ ਪਿਆ, ਨਿਮਤ ਤਾਂ ਪਤਾ ਨਹੀਂ ਕਿਹੜੀ ਚੀਜ਼ ਹੋ ਰਿਹਾ, ਸੇ ਅਟੈਕ ਕਰਦੀ ਸੀ ਉਹਦਾ, ਕੀ ਗੱਲ ਕੱਢਿਆ ਜੀ, ਹਾਂਜੀ ਉਹ ਵੇਖ ਹੁਣ ਨਿਮ ਠੀਕ ਹੋ ਗਈ ਮਾਸ਼ਾਅੱਲਾ, ਹੋ ਗਈ ਸੀ, ਉਹ ਕੀ ਹੁੰਦਾ ਕੀ ਬੰਦੋਬਸਤ ਕੀਤਾ, ਕਿਸੇ ਨੇ ਮਾਰਤੀ ਕੋਈ ਸੇ ਕੋਈ ਆ ਮਾਰਦੇ ਨਾਲ ਮਿਲ ਤੇ, ਅੱਛਾ ਤਾਂ ਆ ਹੈਗੇ ਇਹ ਗਾਜਰਾਂ ਦੇ, ਗਾਜਰਾਂ ਦੇ, ਗਾਜਰਾਂ ਦੇ, ਹੂੰ ਮਤਲਬ ਪੱਟੀਆਂ ਨਹੀਂ ਗਈਆਂ ਤੇ ਨਿਸਰ ਗਈਆਂ, ਪੱਕ ਗਈਆਂ ਜੀ, ਹਾਂ ਮਾਂ ਪੁੱਤਰ ਨੇ ਨਹੀਂ, ਕਿੰਨੇ ਮਹੀਨਿਆਂ ਦਾ ਇਹ, ਛਿਆਂ ਕਦਾ ਹੈ, ਪੰਜਾ ਛਿਆਂਜਾ ਕਦਾ ਜੀ, ਛਿਆਂ ਪੰਜਾ ਛਿਆਂ ਮਹੀਨਿਆਂ ਦਾ, ਬਹੁਤ ਜ਼ਬਰਦਸਤ ਛਾਂ ਛੂੰ ਦਾ ਬੜਾ ਪਿਆਰਾ, ਉੱਤੋਂ ਛਾਂ ਵੀ ਹੈ ਤੇ ਕੋਲੇ
ਕਦੇ ਕੋਈ ਨਵਾਂ ਬੰਦਾ ਆਇਆ ਨੀ, ਇਸ ਵਾਸਤੇ ਮੈਂ ਨਾ ਜ਼ਿਆਦਾ ਗੁੱਸਾ ਕਰਦਾ ਨਾ। ਦੋ ਗੁੱਲਰੀਆਂ ਨੇ, ਦੋ ਗੁੱਲਰੀਆਂ ਦੋਸਤੋ ਸੁੱਤੇ ਪਏ ਇੱਥੇ, ਦਿੰਦਾ ਨੀ ਯਾਰ ਇੱਥੇ, ਉਹ ਗਾਹ ਨਾਲ ਸਾਡੇ ਮੰਗਦੇ ਉਹਨਾਂ ਨੂੰ ਮੈਂ ਆਪ ਨਹੀਂ ਦੇਣਾ। ਦੋਸਤੋ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਨੇ ਤੇ ਮਿਲਣਾ ਕਿਸੇ ਨੈਕਸਟ ਨਵੇਂ ਵਲੌਗ ਨਾਲ। ਤੁਹਾਡਾ ਬਹੁਤ ਸਾਰਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ, ਬਹੁਤ ਸਾਰਾ ਪਿਆਰ। ਅੱਲਾ ਹਾਫਿਜ਼, ਅੱਲਾ ਹਾਫਿਜ਼।